ਹਾਂਜੀ ਸਾਥ ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ 247 ਦੇ ਇਸ YouTube ਚੈਨਲ ਤੇ ਮੇਰਾ ਨਾਮ ਰੋਹਿਤ ਅੱਜ ਮੈਂ ਲੈ ਕੇ ਆ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਕਲਾਸ ਜੋ ਕਿ ਰਹੇਗੀ ਪੈਸੇ ਤਾਂ ਪੰਜਾਬੀ ਮਾਸਟਰ ਗ੍ਰੈਡਰ ਦੇ ਲਈ ਲੇਕਿਨ ਸਾਰੇ ਪੇਪਰਾਂ ਦੇ ਲਈ ਇੰਪੋਰਟੈਂਟ ਹੈ ਨਾਨਕ ਸਿੰਘ ਜੀਵਨੀ ਅਤੇ ਰਚਨਾਵਾਂ ਕਰਾਂਗੇ ਆਪਾਂ ਨਾਨਕ ਸਿੰਘ ਦੀਆਂ ਤਾਂ ਰਜੇ ਫਟਾਫਟ ਇੱਕ ਵਾਰੀ ਸ਼ੇਅਰ ਕਰ ਦਿਓ ਨਾਲ ਦੇ ਦੇ ਨਾਲ ਦੱਸ ਦਿਓ ਕਿ ਕਲਾਸ ਜਿਹੜੀ ਹੈ ਸੈਸ਼ਨ ਜਿਹੜਾ ਹੈ ਲੱਗ ਚੁੱਕਿਆ 5-7 ਮਿੰਟ ਦਾ ਸੈਸ਼ਨ ਰਹੇਗਾ ਤਾਂ ਕਰਦੇ ਆ ਸ਼ੁਰੂ ਲੇਕਿਨ ਉਸ ਤੋਂ ਪਹਿਲਾਂ ਅਗਰ ਕਿਸੇ ਨੇ ਹਲੇ ਤੱਕ ਐਪ ਡਾਊਨਲੋਡ ਨਹੀਂ ਕੀਤੀ ਐਪ ਜ਼ਰੂਰ ਡਾਊਨਲੋਡ ਕਰ ਲਓ ਕਿਉਂਕਿ ਐਪ ਦੇ ਉੱਪਰ ਤੁਹਾਨੂੰ ਮਿਲੇਗਾ ਕਰੰਟ ਅਫੇਅਰ ਜੌਬ ਅਲਰਟਸ ਡੇਲੀ ਕੁਇਜ਼ ਸਬਜੈਕਟ ਵਾਈਜ਼ ਕੁਇਜ਼ ਮੈਗਜ਼ੀਨ ਪਾਵਰ ਕੈਪਸੂਲ ਨੋਟਸ ਐਂਡ ਆਰਟੀਕਲਸ ਤੇ ਵੀਡੀਓਜ਼ ਔਰ ਇਸ ਕਲਾਸ ਦੀ ਪੀਡੀਐਫ ਵੀ ਤੁਹਾਨੂੰ ਐਪ ਦੇ ਉੱਪਰ ਹੀ ਮਿਲੇਗੀ ਠੀਕ ਹੈ ਕਲੀਅਰ ਫਾਰਵਰਡ ਸ਼ੇਅਰ ਕਰ ਦਿਓ ਔਰ ਅਗਰ ਰਾਜੇ ਚੈਨਲ ਦੇ ਉੱਪਰ ਕੋਈ ਨਵਾਂ ਆਇਆ ਹੈ ਤਾਂ ਚੈਨਲ ਨੂੰ ਵੀ ਇੱਕ ਵਾਰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮ ਨਾਨਕ ਸਿੰਘ ਜੀ ਦੇ ਬਾਰੇ ਅੱਜ ਆਪਾਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਨਾਨਕ ਸਿੰਘ ਜੀ ਦਾ ਜਨਮ 4 ਜੁਲਾਈ 1797 ਨੂੰ ਪਿੰਡ ਚੱਕ ਹਮੀਦ ਜ਼ਿਲ੍ਹਾ ਜਿਹਲਮ ਹੁਣ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਸ਼੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲక్ష్ਮੀ ਦੀ ਕੁੱਖੋਂ ਬਤੌਰ ਹੰਸ ਰਾਜ ਜਿਹੜਾ ਕੀ ਹੈ ਹੋਇਆ ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਣਾ ਦੇ ਨਾਲ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ ਤਾਂ ਹੰਸ ਰਾਜ ਠੀਕ ਹੈ ਹੰਸ ਰਾਜ ਨਾਮ ਸੀ ਤਾਂ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ ਨਾਨਕ ਸਿੰਘ ਜੀ ਨੇ ਔਰ ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇ ਉਸ ਦੇ ਪਿਤਾ ਜੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਜੀ ਰੋਟੀ ਦੇ ਕਮਾਣ ਲੱਗ ਪਏ ਹਨ ਤਾਂ ਰੋਜੀ ਰੋਟੀ ਕਮਾਣੀ ਸ਼ੁਰੂ ਕਰ ਦਿੱਤੀ ਨਾਨਕ ਸਿੰਘ ਜੀ ਨੇ ਦੇਖੋ ਹੁਣ ਕੀ ਕੀਤਾ ਹੈ ਨਾਨਕ ਸਿੰਘ ਜੀ ਨੇ ਸਟਰਗਲ ਕੀ ਕੀਤਾ ਹੈ ਉਹਨਾਂ ਨੇ ਹਲਵਾਈ ਦੀ ਦੁਕਾਨ ਤੇ ਭਾਂਡੇ ਮਾਂਜੇ ਅਤੇ ਮੇਲਿਆਂ ਦੇ ਵਿੱਚ ਕੁਲਫੀਆਂ ਵੀ ਵੇਚੀਆਂ ਦੇਖੋ ਇੱਕ ਮਹਾਨ ਹਸਤੀ ਦੇ ਪਿੱਛੇ ਕੁਝ ਨਾ ਕੁਝ ਐਹੋ ਜੀ ਘਟਨਾ ਜ਼ਰੂਰ ਛਪੀ ਹੁੰਦੀ ਹੈ ਜੋ ਪ੍ਰੇਰਣਾ ਦਿੰਦੀ ਹੈ ਹਨਾ ਸਾਨੂੰ ਪ੍ਰੇਰਣਾ ਦਿੰਦੀ ਹੈ ਨਾਨਕ ਸਿੰਘ ਜੀ ਨੇ 13 ਸਾਲ ਦੀ ਛੋਟੀ ਉਮਰ ਦੇ ਵਿੱਚ ਕਵਿਤਾ ਲਿਖਣੀ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ ਤੇ 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਸੀ ਠੀਕ ਹੈ ਜੋ ਘਟਨਾ ਹੋਈ ਸੀ ਉਸ ਨੇ ਅੱਖੀ ਵੇਖਿਆ ਤਾਂ ਨਾਨਕ ਸਿੰਘ ਜੀ ਉੱਥੇ ਮਜੂਰ ਸੀ ਅੱਖੀ ਵੇਖਿਆ ਨਾਨਕ ਸਿੰਘ ਜੀ ਨੇ ਉਸ ਅੰਮ੍ਰਿਤਸਰ ਦੀ ਜਲ੍ਹ ਵਾਲੇ ਬਾਗ ਦੀ ਘਟਨਾ ਨੂੰ ਜਿਸ ਦਾ ਉਸ ਦੇ ਮਨ ਤੇ ਡੂੰਗਾ ਅਸਰ ਹੋਇਆ ਕਿਉਂਕਿ ਉਸ ਦੇ ਦੋ ਦੋਸਤ ਵੀ ਇਸ ਹੱਤਿਆਕਾਂਡ ਦੇ ਵਿੱਚ ਮਾਰੇ ਗਏ ਨਾਨਕ ਸਿੰਘ ਜੀ ਦੇ ਠੀਕ ਹੈ ਤਾਂ ਉਹਨਾਂ ਨੇ ਫਿਰ ਬ੍ਰਿਟਿਸ਼ ਹਕੂਮਤ ਦੇ ਅਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖੂਨੀ ਵਿਸਾਖੀ ਲਿਖੀ ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਇਸ ਕਵਿਤਾ ਨੂੰ ਜ਼ਬਤ ਕਰ ਲਿਆ ਨਾਨਕ ਸਿੰਘ ਜੀ ਦੇ ਦੁਆਰਾ ਲਿਖੀ ਹੋਈ ਸੀ ਠੀਕ ਹੈ ਕਲੀਅਰ ਹੈ ਉਸ ਤੋਂ ਬਾਅਦ 1921 ਦੇ ਵਿੱਚ ਨਾਨਕ ਸਿੰਘ ਜੀ ਦਾ ਵਿਆਹ ਰਾਜਕੌਰ ਦੇ ਨਾਲ ਹੋਇਆ ਤੇ 1911 ਦੇ ਵਿੱਚ ਨਾਨਕ ਸਿੰਘ ਜੀ ਦਾ ਪਹਿਲਾ ਕਾਵ ਸੰਗ੍ਰਹਿ ਸ਼ੀਰਫੀ ਹੰਸ ਰਾਜ ਛਪਿਆ ਹੁਣ ਹੰਸ ਰਾਜ ਕੀ ਹੈ ਨਾਨਕ ਸਿੰਘ ਜੀ ਦਾ ਨਾਮ ਹੈ ਹੰਸ ਰਾਜ ਠੀਕ ਹੈ ਯਾਦ ਰੱਖਣਾ ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ਸਤਿਗੁਰ ਮਹਿਮਾ ਨਾਂ ਹੇਠ ਛਪੇ ਵੀ ਹੈ ਸਤਿਗੁਰ ਮਹਿਮਾ ਠੀਕ ਹੈ ਯਾਦ ਰੱਖਣਾ ਇਹ ਕੁਸ਼ਨ ਵੀ ਆ ਸਕਦਾ ਹੈ ਤੇ 1922 ਦੇ ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਵੀ ਗਏ ਨਾਨਕ ਸਿੰਘ ਠੀਕ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਰਾਜੇ ਤਾਂ ਇਸ ਸਮੇਂ ਉਹਨਾਂ ਨੇ ਆਪਣੀ ਦੂਸਰੀ ਜੇਲ੍ਹ ਸਮੇ ਹਨਾ ਇਸ ਸਮੇਂ ਉਹਨਾਂ ਨੇ ਆਪਣੀ ਦੂਸਰੀ ਕਾਪ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਦੇ ਵਿੱਚ ਛਪੀ ਤੇ ਜਿਸ ਤੇ ਮਹਿਜ 2 ਹਫ਼ਤਿਆਂ ਦੇ ਬਾਅਦ ਪਾਬੰਦੀ ਲਗਾ ਦਿੱਤੀ ਕਿਉਂਕਿ ਰਾਜ ਬ੍ਰਿਟਿਸ਼ ਦਾ ਚੱਲ ਰਿਹਾ ਸੀਗਾ ਹਨਾ ਤਾਂ ਉਦੋਂ ਖਿਲਾਫ ਮੰਦੇ ਸੀ ਆਪਦੇ ਤੇ ਜੇਲ੍ਹ ਦੇ ਵਿੱਚ ਜੇਲ੍ਹ ਵਿੱਚ ਹੀ ਉਸਨੇ Munshi Premchand ਦੇ ਨਾਵਲ ਪੜੇ ਤੇ ਜਿੰਨਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅਧ ਖਿੜੀ ਕਲੀ ਲਿਖਿਆ ਲਓ ਜੀ ਪਹਿਲਾ ਨਾਵਲ ਨਾਨਕ ਸਿੰਘ ਦਾ ਆ ਸਕਦਾ ਹੈ ਕਿਸੇ ਵੀ ਪੇਪਰ ਚ ਇਹ ਪੇਪਰ ਚ ਵੀ ਆ ਸਕਦਾ ਹੈ ਤਾਂ ਕਿਹੜਾ ਹੈ ਅਧ ਖਿੜੀ ਕਲੀ ਜੋ ਬਾਅਦ ਵਿੱਚ ਅਧ ਖਿੜਿਆ ਫੁੱਲ ਨਾਂ ਦੇ ਹੇਠ ਛਪਿਆ ਪਹਿਲਾ ਨਾਮ ਸੀ ਇਹਦਾ ਅਧ ਖਿੜੀ ਕਲੀ ਲੇਕਿਨ ਛਪਿਆ ਹੈ ਅਧ ਖਿੜਿਆ ਫੁੱਲ ਦੇ ਨਾਮ ਹੇਠ ਠੀਕ ਹੈ ਕਲੀਅਰ ਹੈ ਲਓ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਆਵਾਂਗੇ ਰਾਜੇ ਤੁਹਾਡੇ ਕਮੈਂਟ ਵੱਲ ਵੀ ਆਵਾਂਗੇ 38 ਨਾਵਲਾਂ ਤੋਂ ਬਿਨਾ ਚਾਰ ਕਾਵ ਸੰਗ੍ਰਹਿ ਕਈ ਕਹਾਣੀ ਸੰਗ੍ਰਹਿ ਸਵੈ ਜੀਵਨੀ ਯਾਦਾਂ ਠੀਕ ਹੈ ਤਰਜ਼ਮੇ ਲਿਖੇ ਲੇਖ ਅਤੇ ਨਾਟਕ ਵੀ ਉਹਨਾਂ ਨੇ ਲਿਖੇ ਯਾਨੀ ਕਿ ਬਹੁਤ ਕੁਝ ਲਿਖਿਆ ਉਹਨਾਂ ਨੇ ਉਸ ਤੋਂ ਬਾਅਦ ਨਾਨਕ ਸਿੰਘ ਜੀ ਨੇ ਨਾਵਲਾਂ ਦੇ ਵਿੱਚ ਸਮਾਜਿਕ ਬੁਰਾਈਆਂ ਆਰਥਿਕ ਆਸਮਾਨਤਾ ਸਮਾਜ ਵਿੱਚ ਲਿਪ੍ਰਿਸ਼ਟਾਚਾਰ ਪਖੰਡ ਵੱਧ ਚਲਣੀ ਵੱਡ ਖੋਰੀ ਅਤੇ ਫਿਰਕੂ ਜਨੂਨ ਆਦਿ ਨੂੰ ਨੰਗਾ ਕੀਤਾ ਇਹਨਾਂ ਦੇ ਪੂਰਾ ਖਿਲਾਫ ਲਿਖਿਆ ਆਪਣੀਆਂ ਕਹਾਣੀਆਂ ਠੀਕ ਹੈ ਉਸ ਸਮਾਜਿਕ ਜੀਵਨ ਦੇ ਵਿੱਚੋਂ ਲਈਆਂ ਤਾਂ ਆਪਣੀਆਂ ਕਹਾਣੀਆਂ ਜਿਹੜੀਆਂ ਹੈ ਉਸ ਸਮਾਜਿਕ ਜੀਵਨ ਤੋਂ ਹੀ ਨਾਨਕ ਸਿੰਘ ਜੀ ਨੇ ਲਈਆਂ ਤਾਂ ਕਾਵਰਚਨਾਵਾਂ ਦੀ ਗੱਲ ਕਰ ਲੈਂਦੇ ਜਿੱਥੋਂ ਕੁਸ਼ਣ ਬਣ ਕੇ ਆ ਸਕਦੇ ਸ਼ੀਰਫੀ ਹੰਸ ਰਾਜ ਪਹਿਲਾ ਹੀ ਹੈ ਤਾਂ ਬਹੁਤ ਇੰਪੋਰਟੈਂਟ ਹੈ ਕਾਵਰਚਨਾਵਾਂ ਦੇ ਵਿੱਚ ਇਹ ਕਾਵਰਚਨਾ ਠੀਕ ਹੈ ਪਹਿਲਾ ਹੀ ਕਾਵ ਸੰਗ੍ਰਹਿ ਹੈ ਸ਼ੀਰਫੀ ਹੰਸ ਰਾਜ ਸਤਗੁਰ ਮਹਿਮਾ ਧਾਰਮਿਕ ਠੀਕ ਹੈ ਜ਼ਖਮੀ ਦਿਲ ਪਹਿਲਾ ਨਾਵਲ ਠੀਕ ਹੈ ਜਿਹੜਾ ਕੀ ਹੈ ਜ਼ਖਮੀ ਦਿਲ ਨਹੀਂ जख्मी दिलवी ਉਹਨਾਂ ਨੇ ਜੇਲ੍ਹ ਦੇ ਦੌਰਾਨ ਹੀ ਲਿਖਿਆ ਕਹਾਣੀ ਸੰਗ੍ਰਹਿ ਹੰਝੂਆਂ ਦੇ ਹਾਰ 1935 ਮਿੱਧੇ ਹੋਏ ਫੁੱਲ ਠੰਡੀਆਂ ਛਾਵਾ 1940 ਸਦਰਾਂ ਦੇ ਹਾਰ ਸਦਰਾਂ ਦੇ ਹਾਰ ਸੁਨਹਿਰੀ ਜिल्ਦ ਵੱਡਾ ਡਾਕਟਰ ਤੇ ਹੋਰ ਕਹਾਣੀਆਂ ਵੀ ਜਿਹੜੀ ਕਿ ਲਿਖੀਆਂ ਠੀਕ ਹੈ ਉਸ ਤੋਂ ਬਾਅਦ ਤਾਸ਼ ਦੀ ਆਦਤ ਤਸਵੀਰ ਦੇ ਦੋਵੇਂ ਪਾਸੇ ਭੂਆ ਸਵਰਗ ਤੇ ਉਸ ਦੇ ਵਾਰਸ ਪ੍ਰਭਾਤ ਦਾ ਸੁਪਨਾ ਇਹ ਸਭ ਹ ਅਧਖੜੀ ਫੋਲੀ ਆਏਗਾ ਵੈਸੇ ਤਾਂ ਪਹਿਲਾ ਨਾਵਲ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਨਾਵਲ ਦੇ ਵਿੱਚ ਮਿੱਧੇ ਹੋਏ ਫੁੱਲ ਆਸਤਕ ਨਾਸਤਕ ਆਦਮ ਖੋਰ ਵੈਰੀ ਵੈਰੀ ਇੰਪੋਰਟੈਂਟ ਆਦਮ ਖੋਰ ਅਧ ਖੀੜਿਆ ਫੁੱਲ ਠੀਕ ਹੈ ਅੱਗ ਦੀ ਖੇੜ ਅਣਸੀਤੇ ਜ਼ਖਮ ਬੀਏ ਪਾਸ ਬੰਜਰ ਫੁੱਲ ਚੜ ਦੀ ਕਲਾ ਛਲਾਵਾ ਇਹ ਸਾਰੇ ਜਿਹੜੇ ਕੀ ਹੈ ਨਾਨਕ ਸਿੰਘ ਜੀ ਦੇ ਲਿਖੇ ਹੋਏ ਨੇ ਉਸ ਤੋਂ ਬਾਅਦ ਹੋਰ ਗੱਲ ਕਰਦੇ ਆ ਨਾਵਲ ਦੀ ਚਿੱਤਰਕਾਰ ਚਿੱਟਾ ਲਹੂ ਵੈਰੀ ਵੈਰੀ ਇੰਪੋਰਟੈਂਟ ਚੋੜ ਚਾਨਣ ਤੁੰਦਲੇ ਪਰਛਾਵੇਂ ਤੁੰਦਲੇ ਪਰਛਾਵੇਂ ਵੀ ਇੰਪੋਰਟੈਂਟ ਹੈ ਯਾਦ ਕਰ ਲਿਓ ਦੂਰ ਕਿਨਾਰਾ ਫੋਲਾਦੀ ਫੁੱਲ ਫਰਾਂਸ ਦਾ ڈاکੂ ਤਰਜਮਾ ਗगन ਦਮਾਮਾ ਬਾਜਿਓ ਗੰਗਾ ਜਲੀ ਵਿੱਚ ਸ਼ਰਾਬ ਗਰੀਬ ਦੀ ਦੁਨੀਆ ਆ ਵੀ ਨੋਟ ਕਰ ਲਓ ਗਰੀਬ ਦੀ ਦੁਨੀਆ ਉਸ ਤੋਂ ਬਾਅਦ ਚਿੱਟਾ ਲਹੂ ਆ ਦੇਖੋ ਠੀਕ ਹੈ ਤੇ ਨਾਵਲ ਹੋਰ ਹੈ ਇੱਕ ਮਿਆਂ ਦੋ ਤਲਵਾਰਾ ਵੈਰੀ ਵੈਰੀ ਇੰਪੋਰਟੈਂਟ ਇੱਕ ਮਿਆਂ ਦੋ ਤਲਵਾਰਾਂ ਜੀਵਨ ਸੰਗਰਾਮ ਕਾਗਤਾਂ ਦੀ ਬੇੜੀ ਕਾਲ ਚੱਕਰ ਲੰਮਾ ਕਟੀ ਹੋਈ ਪਤੰਗ ਕੱਲੋਂ ਖੂਨ ਦੇ ਸੋਹਲੇ ਕੋਈ ਹਰਿਆ ਬੂਟ ਰਹੇ ਹੋਰੀ ਠੀਕ ਹੈ ਪੈਂਡਾ ਲਵ ਮੈਰਿਜ ਇਹ ਸਾਰੇ ਨਾਨਕ ਸਿੰਘ ਜੀ ਦੇ ਲਿਖੇ ਹੋਏ ਨੇ ਯਾਦ ਰੱਖ ਲਿਓ ਠੀਕ ਹੈ ਕਲੀਅਰ ਲਓ ਭਈ ਤਾਂ ਇੱਕ ਮਿਆਨ ਦੋ ਤਲਵਾਰਾਂ ਆ ਇੱਕ ਮਿਆਨ ਹੈ ਆ ਦੋ ਤਲਵਾਰਾਂ ਠੀਕ ਹੈ ਕਮਿਆਨ ਦੋ ਤਲਵਾਰਾਂ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਹੈ ਨੋਟ ਕਰ ਲਿਓ ਰਾਜੀ ਖੁੰਨੀ ਵਿਸਾਖੀ ਨਾਨਕ ਸਿੰਘ ਜੀ ਦਾ ਸੰਪਾਦਕ ਜਿਹੜਾ ਕਿ ਹੈ ਨਵਦੀਪ ਸਿੰਘ ਸੂਰੀ ਉਸ ਤੋਂ ਬਾਅਦ ਹੋਰ ਨਾਵਲ ਨੇ ਮੰਜਤਾਰ ਮਤਰੇਈ ਮਾਂ ਮਿੱਠਾ ਮੋਹਰਾ ਨਾਸੂਰ ਪਾਪ ਦੀ ਖੱਟੀ ਠੀਕ ਹੈ ਪ੍ਰਾਸ਼ਚਿਤ ਪੱਥਰ ਦੇ ਖੰਭ ਪੱਥਰ ਕਾਂਬਾ ਠੀਕ ਹੈ ਪਤਝੜ ਦੇ ਪੰਛੀ ਪਵਿੱਤਰ ਪਾਪੀ ਵੈਰੀ ਵੈਰੀ ਇੰਪੋਰਟੈਂਟ ਨਾਵਲ ਹੈ ਯਾਦ ਕਰ ਲਿਓ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਆ ਦੇਖੋ ਮੱਤਰਈ ਮਾਂ ਠੀਕ ਹੈ ਨਾਨਕ ਸਿੰਘ ਜੀ ਦਾ ਲਿਖਿਆ ਵੈਰੀ ਵੈਰੀ ਇੰਪੋਰਟੈਂਟ ਪਵਿੱਤਰ ਪਾਪੀ ਨਾਨਕ ਸਿੰਘ ਜੀ ਦਾ ਲਿਖਿਆ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਹੋਰ ਨਾਵਲ ਨੇ ਪਿਆਰ ਦਾ ਦੇਵਤਾ ਪਿਆਰ ਦੀ ਦੁਨੀਆ ਪ੍ਰੇਮ ਸੰਗੀਤ ਪੁਜਾਰੀ ਰੱਬ ਆਪਣੇ ਅਸਲੀ ਰੂਪ ਦੇ ਵਿੱਚ ਰਜਨੀ ਸਾੜ ਸਤੀ ਸੰਗਮ ਸਰਾਪੀਆਂ ਰੂਹਾਂ ਵੈਰੀ ਵੈਰੀ ਇੰਪੋਰਟੈਂਟ ਸੂਲਾਂ ਦੀ ਸੇਜ ਤਰਜਮਾ ਇਹ ਸਾਰੀਆਂ ਠੀਕ ਹੈ ਯਾਦ ਰੱਖਣਾ ਆ ਦੇਖੋ ਸਰਾਪੀਆਂ ਰੂਹ ਤੇ ਇੰਪੋਰਟੈਂਟ ਹੈ ਇਹ ਵੀ ਯਾਦ ਰੱਖ ਲਿਓ ਸਰਾਪੀਆਂ ਰੂਹਾਂ ਉਸ ਤੋਂ ਬਾਅਦ ਹੋਰ ਨਾਵਲ ਨੇ ਸੁਮਨ ਕਾਂਤਾ ਸੁਪਨਿਆਂ ਦੀ ਕਬਰ ਟੁੱਟੇ ਖੰਭ ਟੁੱਟੀ ਵੀਣਾ ਵੈਰੀ ਵੈਰੀ ਇੰਪੋਰਟੈਂਟ ਟੁੱਟੀ ਵੀਣਾ ਵਰ ਨਹੀਂ ਸਰਾਪ ਵਿਸ਼ਵਾਸ ਘਾਤ ਇਹ ਸਾਰੇ ਨਾਵਲ ਨੇ ਨਾਨਕ ਸਿੰਘ ਜੀ ਦੇ ਠੀਕ ਹੈ ਹੋਰ ਨੇ ਮੇਰੀ ਦੁਨੀਆ ਆਤਮ ਕਥਾ ਹੈ ਵੈਰੀ ਵੈਰੀ ਇੰਪੋਰਟੈਂਟ ਯਾਦ ਰੱਖ ਲਿਓ ਮੇਰੀ ਦੁਨੀਆ ਮੇਰੀ ਦੁਨੀਆ ਕੀ ਹੈ ਆਤਮ ਕਥਾ ਹੈ ਮੇਰੀਆਂ ਸਦੀਵੀ ਯਾਦਾਂ ਵੀ ਯਾਦ ਰੱਖ ਲਿਓ ਵੈਰੀ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਸਨਮਾਨ ਦੀ ਗੱਲ ਕਰ ਲੈਣੇ ਜੀ ਇਤਿਹਾਸਿਕ ਨਾਵਲ ਇੱਕ ਮਿਆਂ ਦੋ ਤਲਵਾਰਾਂ ਨੂੰ 1961 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਵੈਰੀ ਵੈਰੀ ਇੰਪੋਰਟੈਂਟ ਕਿਸੇ ਵੀ ਪੇਪਰ 'ਚ ਆ ਸਕਦਾ ਰਾਜੇ 1968 ਦੇ ਵਿੱਚ ਪਵਿੱਤਰ ਪਾਪੀ ਦੇ ਆਧਾਰਿਤ ਇੱਕ ਹਿੰਦੀ ਫਿਲਮ ਵੀ ਬਣ ਚੁੱਕੀ ਹੈ 1968 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਯਾਦਗਾਰਾ ਪ੍ਰੀਤਨਗਰ ਦੇ ਵਿੱਚ ਉਸ ਦੇ ਨਾਂ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਅਤੇ ਪ੍ਰੀਤ ਭਵਨ ਵੀ ਓਪਨ 에ਅਰ تھیਟਰ ਹਨ ਇਹ ਵੀ ਯਾਦ ਰੱਖ ਲਿਓ ਔਰ ਉਸ ਦੀ ਸਮਾਦ ਵਾਲੇ ਸਥਾਨ ਤੇ ਪਾਰਕ ਵੀ ਹੈ ਠੀਕ ਹੈ ਕਲੀਅਰ ਵੈਰੀ ਵੈਰੀ ਇੰਪੋਰਟੈਂਟ ਲੋਬੀ ਇੱਥੇ ਹੋ ਜਾਂਦਾ ਰਾਜੇ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਇਸ ਦੀ ਪੀਡੀਫ ਤੁਹਾਨੂੰ ਮੈਂ ਦੱਸਿਆ ਹੈ ਡਿਸਕ੍ਰਿਪਸ਼ਨ ਬਾਕਸ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦਾ ਲਿੰਕ ਦਿੱਤਾ ਹੋਇਆ ਉੱਥੋਂ ਤੁਸੀਂ ਲੈ ਲਿਓ ਠੀਕ ਹੈ ਉੱਥੇ ਤੁਹਾਨੂੰ ਜਿਹੜਾ ਕੀ ਹੈ ਇਸ ਦੀ ਪੀਡੀਫ ਮਿਲ ਜਾਏਗੀ ਔਰ ਜਿਸ ਨੇ ਹਾਲੇ ਤੱਕ ਐਪ ਡਾਊਨਲੋਡ ਨਹੀਂ ਕੀਤੀ ਮੈਂ ਦੱਸ ਦਿੰਦਾ ਕਿ ਐਪ ਡਾਊਨਲੋਡ ਕਰ ਲਿਓ ਔਰ ਐਪ ਕਿੱਥੇ ਡਾਊਨਲੋਡ ਕਰਨੀ ਹੈ ਐਪ ਡਾਊਨਲੋਡ ਕਰਨੀ ਹੈ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਠੀਕ ਹੈ ਕਲੀਅਰ ਹੈ ਔਰ ਰਾਜੇ ਆਪਾਂ ਪੰਜਾਬੀ ਮਾਸਟਰ ਗੇਡਰ ਦੀ ਤਿਆਰੀ ਸ਼ੁਰੂ ਕਰ ਰਹੇ ਜਿਹੜੇ ਬੱਚਾ ਨੇ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰਨੀ ਹੈ ਇੱਕ ਇੱਕ ਹਾਲੇ ਦੇਖੋ ਸੈਸ਼ਨ ਜਿੱਤੇ ਇੰਨਾ ਕੁਝ ਕਰਵਾਇਆ ਵੀ ਨਹੀਂ ਹੈ ਕਿਉਂਕਿ 5 ਮਿੰਟ ਦਾ ਹੁੰਦਾ ਸੈਸ਼ਨ ਹੈ ਨਾ ਪਰ ਆਪਾਂ ਨੂੰ 9 ਮਿੰਟ ਹੋ ਗਏ ਤਾਂ ਇੱਕ ਇੱਕ ਚੀਜ਼ ਤੁਹਾਨੂੰ ਕਰਵਾਈ ਜਾਏਗੀ ਸਿਰਫ ਕਰਵਾਈ ਨਹੀਂ ਜਾਏਗੀ ਯਾਦ ਵੀ ਕਰਵਾਈ ਜਾਏਗੀ ਅਗਰ ਮੇਰੇ ਤੇ ਵਿਸ਼ਵਾਸ ਹੈ ਮੇਰੇ ਨਾਲ ਜੁੜਨਾ ਹੈ ਪੰਜਾਬ ਦੇ ਮਹਾਪੈਕਟ ਤੇ ਆਫਰ ਚੱਲ ਰਿਹਾ ਹੈ ਔਰ ਵੈਸੇ ਜਿਹੜਾ ਕਿ ਇਹ ਪੰਜਾਬੀ ਮਾਸਟਰ ਕੈਡਰ ਜੋ 27 ਜੁਲਾਈ ਤੋਂ ਸਟਾਰਟ ਹੋ ਰਿਹਾ ਹੈ ਇਹ 2700 ਤੇ ਕਿੰਨੇ ਰੁਪਏ ਦਾ ਪਏਗਾ ਰਾਜੇ 2759 ਰੁਪਏ ਦਾ ਪਏਗਾ ਪਰ ਅਗਰ ਤੁਸੀਂ ਐਪ ਡਾਊਨਲੋਡ ਕਰਕੇ ਅੱਜ ਪੰਜਾਬ ਦਾ ਮਹਾ ਪੈਕ ਲੈ ਲੈਣੇ ਹੋ ਤਾਂ ਮਹਾ ਪੈਕ ਤੇ ਬਹੁਤ ਤੁਹਾਨੂੰ ਫਾਇਦਾ ਮਿਲੇਗਾ ਤੁਹਾਨੂੰ ਫਾਇਦੇ ਦੱਸ ਦੇਣਾ ਕੀ ਕੀ ਮਿਲਣਗੇ ਆ ਦੇਖੋ ਸਟੇਟ ਐਗਜ਼ਾਮ ਪੰਜਾਬ ਵੈਸੇ ਤੁਸੀਂ ਐਪ ਤੇ ਹੀ ਡਾਊਨਲੋਡ ਕਰਨਾ ਹੈ ਆ ਦੇਖੋ ਸਭ ਤੋਂ ਪਹਿਲਾ ਇੰਪੋਰਟੈਂਟ ਅਗਰ ਤੁਸੀਂ ਮਹਾ ਪੈਕ ਲੈਣੇ ਹੋ ਤਾਂ ਤੁਹਾਨੂੰ ਵੈਲਿਡਿਟੀ ਮਿਲੇਗੀ 2 ਸਾਲ ਦੀ ਵੈਸੇ 1 ਸਾਲ ਦੀ ਹੁੰਦੀ ਹੈ ਲੇਕਿਨ 2 ਸਾਲ ਦੀ ਮਿਲੇਗੀ वाई 591 ਜ਼ਰੂਰ ਕੋਡ ਲਗਾ ਲਿਓ ਕਿਉਂਕਿ ਡਿਸਕਾਊਂਟ ਇਹਦੇ ਨਾਲ ਹੀ ਮਿਲੇਗਾ ਮੈਕਸਿਮਮ ਅਪਲਾਈ ਕਰੋਗੇ 2299 ਰੁਪਏ ਦਾ ਰਹਿ ਗਿਆ ਔਰ 2 ਸਾਲ ਦੀ ਵੈਲਿਡਿਟੀ ਪੰਜਾਬ ਦੇ ਮਹਾ ਪੈਕ ਚ ਪੰਜਾਬੀ ਮਾਸਟਰ ਕੈਡਰ ਚਾਹੇ ਦੋ ਪੇਪਰ ਦੇਣੇ ਹੋਣ ਦੋਨੋਂ ਹੀ ਮਿਲਣਗੇ ਉਸ ਤੋਂ ਬਾਅਦ MCQ ਦਾ ਬੈਚ ਆਏਗਾ ਪੇਪਰਾਂ ਦੇ ਦੌਰਾਨ ਉਹ ਵੀ ਇਹਦੇ ਵਿੱਚ ਫ੍ਰੀ ਮਿਲੇਗਾ ਹੋਰ ਇਗਜ਼ਾਮ ਦੀ ਤਿਆਰੀ ਕਰਨੀ ਹੈ ਉਹ ਵੀ ਸਾਰੇ ਇਹਦੇ ਵਿੱਚ ਹੀ ਮਿਲਣਗੇ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ 2299 ਨਹੀਂ 2199 ਵਿੱਚ ਮਿਲੇਗਾ ਅਗਰ ਤੁਸੀਂ ਐਪ ਤੇ ਜਾ ਕੇ Y599 ਕੋਡ ਲਗਾਉਂਦੇ ਹੋ ਤਾਂ ਠੀਕ ਹੈ ਕਲੀਅਰ ਸਮਝ ਆਇਆ ਰਾਜੇ ਚਲੋ ਵੈਰੀ ਗੁੱਡ ਬਹੁਤ ਵਧੀਆ ਔਰ 27 ਜੁਲਾਈ ਤੋਂ ਆਪਾਂ ਪੰਜਾਬੀ ਮਾਸਟਰ ਕੈਟਰਰ ਦੀ ਤਿਆਰੀ ਸਟਾਰਟ ਕਰਾ ਰਹੇ ਆ ਤੁਹਾਨੂੰ ਪੰਜਾਬੀ ਮਾਸਟਰ ਕੈਟਰਰ ਦਾ ਵੀ ਦਿਖਾ ਦਿੰਨਾ ਦੇਖੋ ਵੈਸੇ ਅੱਜ ਤੱਕ ਤੁਹਾਨੂੰ ਮਹਾ ਪੈਕ ਲੈਣ ਦਾ ਫਾਇਦਾ ਕਿਉਂਕਿ 2199 ਵਿੱਚ ਮਿਲ ਰਿਹਾ ਹੈ ਵੈਸੇ ਪੰਜਾਬੀ ਮਾਸਟਰ ਕੈਟਰਰ ਦੀ ਅਗਰ ਗੱਲ ਕਰ ਲਈਏ ਤਾਂ ਬਾਏ ਨਾਉ ਤੇ ਜਾਓ ਇੱਥੇ 쿠ਪਨ ਕੋਡ ਲਗਾਓ Y599 ਲੇਕਿਨ ਇਹਦੇ ਵਿੱਚ ਕੀ ਮਿਲੇਗਾ ਇਹਦੇ ਵਿੱਚ 2759 ਰੁਪਏ ਦਾ ਮਿਲੇਗਾ 6 ਮਹੀਨੇ ਦੀ ਵੈਲਿਡਿਟੀ ਹੈ ਲੇਕਿਨ ਮਹਾਪੈਕ ਚ 2 ਸਾਲ ਦੀ ਵੈਲਿਡਿਟੀ ਹੈ ਤਾਂ ਫਾਇਦਾ ਕੀ ਹੈ ਮਹਾਪੈਕ 2199 ਚ ਮਿਲ ਰਿਹਾ ਹੈ ਇਹ ਮਿਲ ਰਿਹਾ ਹੈ 2799 ਰੁਪਏ ਦੀ ਔਰ ਉਹਦੇ ਵਿੱਚ ਦੋ ਪੇਪਰ ਦੀ ਤਿਆਰੀ ਕਰਨੀ ਹੈ ਦੋ ਦੀ ਵੀ ਕਰ ਸਕਦੇ ਹੋ ਔਰ ਅਗਰ ਪੰਜਾਬ ਦੇ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰਨੀ ਹੈ ਉਹ ਵੀ ਕਰ ਸਕਦੇ ਹੋ ਠੀਕ ਹੈ ਐਪ ਜਰੂਰ ਡਾਊਨਲੋਡ ਕਰ ਲਿਓ ਜਿਹੜੇ ਬੱਚਾ ਨੇ ਨਹੀਂ ਕੀਤਾ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਐਪ ਦਾ ਉੱਥੋਂ ਡਾਊਨਲੋਡ ਕਰ ਲਿਓ ਔਰ ਉੱਥੇ ਮੈਂ ਇਹਦੀ ਪੀਡੀਐਫ ਪਾ ਦੂੰਗਾ ਠੀਕ ਹੈ ਰਾਜੇ ਅੱਜ ਲਈ ਇਹਨਾਂ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਸ اسی ਤਰੀਕੇ ਨਾਲ ਬਨੇ ਰਿਆ ਕਰੋ ਪੰਜਾਬ ਵੱਡਾ 247 ਦੇ YouTube ਚੈਨਲ ਦੇ ਓਕੇ ਰਾਜੇ ਥੈਂਕ ਯੂ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਉਂਕਿ ਛੋਟਾ ਜਿਹਾ ਰਹਿਣ ਦਾ ਸੈਸ਼ਨ ਫਿਰ ਕਲਾਸ 'ਚ ਗੱਲ ਕਰਾਂਗੇ ਆਪਾਂ ਠੀਕ ਹੈ ਔਰ ਅੱਜ ਆਪਣੀ ਕਲਾਸ ਜਿਹੜੀ ਹੈ ਜੀਕੇ ਜੀਐਸ ਦੀ ਜੋ 7 ਵਜੇ ਚੱਲਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੋਸ਼ਿਸ਼ ਹੋਏਗੀ ਕਿ ਅੱਜ ਉਹਦਾ ਟਾਈਮ 9 ਵਜੇ ਕਰਾਵਾਂਗੇ ਨਹੀਂ ਤਾਂ ਫਿਰ ਰਾਜੇ 7 ਵਜੇ ਹੀ ਲੱਗੇਗੀ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ ਕਿ 7 ਵਜੇ ਲੱਗ ਰਹੀ ਕਿ 9 ਵਜੇ ਠੀਕ